जेड़ी बुद्धि च रोज विकास होंदा ना, रोज वधदी है, उहनूं फड़ लगू जाके ज्ञान दा, उहनूं फुल आऊ उस नूं फड़ लगू। इहनां दा बुद्धि दा नाश होया पिया। बदली किहदे नाल सी? सिख दी बुद्धि की होंदी? सिख की बुद्धि एक बेल है, बेल आती है ना थले जमीन ते पई, वह बेचारी किन्नी उची जाती है, पत्ता इन्ना उचा चला जाऊ जाते जाओ, 6 इंच उचा चला जाऊ। बेल का सराजा जो हों कई बार थोड़ा जहा उचा हो जूगा, 1 फुट उचा हो जूगा, वह भी जो कोई घा फूस का थले सहारा मिल गया। पर जे उस बेल न बिरछ ते चढ़ा दीए तर पर एक अनंत नाल साखा, गुरबाणी वाले गुरु रूपी बिरछ ते जे चढ़ा दीए वह बिरछ जिड्डी हो जाती, नाले बज जाती। सहारा की सहारे ना वधी है, गुरबाणी के आसरे ना बदले असी, गुरबाणी तो बिना नहीं बुद्धी ने उत्ते उठना, साड़ी ने गुरबाणी के आसरे ना उची उठी जाने, ये आसरे ना उत्ते उठती है। ज्यों ज्यों उची उठती है त्यों त्यों दूर तक देखती है, कोई बेल तो दूर तक नहीं ना, सहारा की ना सहारा बिरछ का, ये बिरछ है, बिरछे हेठ सब जंत कट्ठे, कते एक तत्ते जेड़ा तत्ते ने तो बिरछ ते चढ़े नहीं, वो तो थले ही फैल गए जमीन ते, ਉਹਦਾ ਨੇ ਮਨਮੁੱਖ ਜਿਹੜੇ ਮਿੱਠੇ ਨੇ ਉਹ ਬਿਰਛ ਦਾ ਸਹਾਰਾ ਲੈ ਕੇ ਚੜ੍ਹ ਗਏ, ਮਿੱਠੇ ਫਲ ਤਾਂ ਬਿਰਛ ਨੂੰ ਲੱਗਣੇ ਹੈ ਨਾ, ਇੱਕ ਤੱਤੇ ਇੱਕ ਬੋਲਣਾ, ਜਿਹੜਾ ਜ਼ਮੀਨ 'ਤੇ ਨੇ ਜ਼ਮੀਨ ਤਪਦੀ ਹੈ ਉਹ ਵੀ ਤਪਦੇ ਨੇ ਨਾਲ, ਧਰਤੀ ਦੀ ਧੁੱਪ ਨਾਲ ਉਹ ਤਾਂ ਵਿਚਾਰੇ ਤਪਦੇ ਨੇ, ਜਿਹੜੇ ਦਰਖਤ 'ਤੇ ਚੜ੍ਹ ਗਏ ਉਹਨਾਂ ਨੂੰ ਤਪ ਹੀ ਕੱਢ ਗਈ, ਦਰਖਤ ਠੰਡਾ ਉਹਨੇ ਠੰਡ ਦੇ ਦਿੱਤੀ, ਜ਼ਮੀਨ ਦੀ ਤਾਂ ਫਿਰ ਉਹਨੂੰ ਲੱਗਦੀ ਹੋਈ ਨਹੀਂ। ਖੇਲੇ ਵਿਕਸੇ ਆਨੰਦ ਸਿੰਘ ਖੇਲਦੇ ਵਿਕਸੇ ਨੇ ਜਿਹੜੇ ਉੱਚੇ ਨੇ, ਜਿਹੜੀ ਉੱਚੀ ਜਿਹੜੀ ਵੇਲ ਆ ਉਹਨੂੰ ਹੋਰ ਕੋ ਦਿੰਦਾ, ਥੱਲੇ ਵਾਲੀ ਨੂੰ ਹੋਰ ਕੋ ਦਿੰਦਾ, ਦੋਵੇਂ ਜੰਮੀਆਂ ਇਕੱਠੀਆਂ ਨੇ, ਇੱਕ ਤਾਂ ਥੱਲੇ ਹੀ ਹੈ ਸ੍ਰੀ ਚੰਦ, ਲੈਣਾ ਉੱਥੇ ਨਿਕਲ ਗਿਆ, ਜਾ ਕੋ ਹੋਤ ਕਿਰਪਾ, ਲੈਣੇ ਦੀ ਵੇਲ ਉੱਪਰ ਨਿਕਲ ਗਈ ਨਾਨਕ ਨਾਲ ਚੜ੍ਹ ਗਈ ਨਾ, ਜਿਹੜਾ ਨਾਨਕ ਨਾਲ ਦਸ ਤੇ ਚੜਿਆ ਤਾਂ ਉਸਨੇ ਚੜ੍ਹ ਗਈ, ਉਹ ਦਾਤਾ ਵੀ ਐਦ ਰੱਖ ਦਿੱਤਾ, ਚੜ੍ਹ ਜਾ ਨਾਲ ਮੇਰੇ ਆ ਜਾ, ਉਹਦੇ ਨਾਲੇ ਨਾਲ ਚੜ ਗਈ, ਜਾ ਕੋ ਹੋਤ ਕਿਰਪਾਲ, ਜਿਹਦੇ 'ਤੇ ਕਿਰਪਾ ਹੋ ਜਾ ਉਹੀ ਚੜ੍ਹਦਾ, ਗੁਰਬਾਣੀ ਨੂੰ ਉਹੀ ਬਣਦਾ, ਉਹੀ ਖੇਲਦਾ ਵਿਖਦਾ ਆਨੰਦ, ਕਿਉਂਕਿ ਉੱਚਾ ਉੱਠ ਜਾਂਦਾ ਉਹ ਆਕਾਸ਼ 'ਚ ਰਹਿੰਦੀ ਹੈ, ਫਿਰ ਧਰਤੀ ਚੜ੍ਹ ਚਾਹੇ ਜ਼ਮੀਨ 'ਚ ਹੁੰਦੀ ਹੈ, ਉਹਦੀ ਸਰੀਰ 'ਚ ਜ਼ਮੀਨ ਉਹਦੀ ਸਰੀਰ ਹੈ, ਪਰ ਸਰੀਰ ਨਾਲ ਹੀ ਜੁੜੀ ਹੋਈ ਉਹਨੂੰ ਆਕਾਸ਼ 'ਚ ਚਲੀ ਗਈ, ਜੜੇ ਜੜ ਹੈ ਸਰੀਰ 'ਚ, ਬਹੁਤ ਉੱਚੀ ਉੱਠ ਗਈ ਉਹ ਆਕਾਸ਼ 'ਚ ਰਹਿੰਦੀ ਹੈ, ਸੁਣ ਗੱਲਾਂ ਆਕਾਸ਼ ਕੀ, ਆਕਾਸ਼ ਦੀਆਂ ਗੱਲਾਂ ਤਾਂ ਉਹ ਵੇਲ ਕਰਦੀ ਹੈ ਉੱਤੇ, ਜਿਹੜੀ ਉਹ ਥੱਲੇ ਵਾਲੇ ਜਿਹੜੇ ਨੇ ਉਹ ਸੁਣਦੇ ਨੇ, ਉਹਦੀ ਰੀਸ, ਉਹਦੀ ਰੀਸ ਕਿਵੇਂ ਗੱਲ ਆਉਣੀ, ਉਹਦੀ ਰੀਸ ਤਾਂ ਦਰਖਤ 'ਤੇ ਚੜ੍ਹਦੇ ਹੋ, ਕੀਟਾਂ ਹੀ ਰੀਸ, ਉਹਦੀ ਜ਼ਮੀਨ 'ਤੇ ਵੇਲ ਉਹਦੀ ਰੀਸ ਕਿਵੇਂ ਕਰ ਲੂ, ਉਹਨਾਂ ਉੱਚਾ ਉਹ ਨਹੀਂ ਚੜ੍ਹ ਸਕਦੀ, ਗੁਰਬਾਣੀ ਦੇ ਆਸਰੇ ਬਿਨਾਂ ਸਭ ਤੋਂ ਉੱਚੀ ਨਹੀਂ ਉੱਠਣੀ, ਬੁੱਧੀ 'ਚ ਵਿਕਾਸ ਨਹੀਂ ਹੋਣਾ, ਬੁੱਧ ਨਹੀਂ ਬਦਲਣੀ, ਗੁਰਬਾਣੀ ਦੀ ਸਮਝ ਆਈ ਤੇ ਬਿਨਾਂ ਨਿਰਾਕਾਰ ਦੀ ਸਮਝ ਨਹੀਂ ਆਉਣੀ, ਨਿਰਾਕਾਰ ਦਾ ਦਰਸ਼ਨ ਨਹੀਂ ਹੋਣਾ, ਆਤਮ ਸਰੂਪ ਦਾ ਦਰਸ਼ਨ ਨਹੀਂ ਹੋਣਾ। ਸਦੀਵ ਗਨੀਵ ਸੁਹਾਵਨੇ ਰਾਮ ਨਾਮ ਗ੍ਰਹਿ ਮਾਲ, ਉਹ ਜਿਹੜੇ ਹੁੰਦੇ ਨੇ ਨਾ ਉੱਚੇ ਉੱਠ ਜਾਂਦੇ ਨੇ ਜਿਹੜਾ ਮਰਦਾ ਨੀ ਉਹੀ ਹਮੇਸ਼ਾ ਦੀ ਗਿਣਤੀ ਚ ਰਹਿੰਦਾ, ਅਸੀਂ ਕੀ ਆ ਜਿੰਨਾ ਚਿਰ ਸਰੀਰ ਆ ਗਿਣਤੀ ਚ, ਜਾਂ ਸਰੀਰ ਨਹੀਂ ਰਿਹਾ ਇੱਥੋਂ ਗਿਣਤੀ ਚੋਂ ਕੱਢ ਦੇਣਾ, ਇਹਨਾਂ ਨੇ ਕੱਢ ਦਿੰਦੇ ਨੇ ਬਲਦ ਮਛਮਾਰੀ ਵਾਲੇ, ਜਦੋਂ ਵੋਟ ਵੀ ਕੱਟੀ ਗਈ ਕਾਗਜ਼ਾਂ 'ਚ ਸਾਰੇ ਦਿਨ ਉਹ ਕੱਢ ਦਿੰਦੇ ਨੇ, ਮਰਦ ਮਛਵਾਰੀ 'ਚੋਂ ਨਾਂ ਨਿਕਲ ਗਿਆ, ਉਹਨਾਂ ਦਾ ਨਾਂ ਨਹੀਂ ਘੱਟ ਹੁੰਦਾ, ਸੱਚਖੰਡ ਚਲੇ ਜਾਂਦੇ। ਸਦੀਪ ਗਨੀਮ ਸੁਹਾਵਣੇ ਰਾਮ ਨਾਮ ਦੀ ਗਿਣਤੀ ਬਣੀ ਰਹਿੰਦੀ ਹੈ, ਉਹ ਮਰਦੇ ਹੀ ਨਹੀਂ,
ਉਹ ਹਮੇਸ਼ਾ ਰਹਿੰਦੇ ਨੇ ਸਦੀਵ ਗਨੀਵ ਸੁਹਾਵਣੇ 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 ਤਾਂ ਉਹਨਾਂ ਦੇ ਅੰਦਰ ਉਹਨਾਂ ਦੇ ਅੰਦਰ ਦੀ ਅਵਸਥਾ ਸੁੱਖ ਦੀ ਅਵਸਥਾ ਬਣੀ ਰਹਿੰਦੀ ਹੈ ਸੁਹਾਵਣੇ ਨੇ ਰਾਮ ਨਾਮ ਗ੍ਰਹਿ ਸੁਖ ਨਾਲ ਸੁੱਖ ਸਹਿਤ ਰਹਿਣ ਵਾਲੇ ਸੁਹਾਵਣੇ ਨੇ ਸੁਹਾਵਣੀ ਉਹ ਚੀਜ਼ ਹੁੰਦੀ ਹੈ ਜਿਹਨੂੰ ਦੇਖ ਕੇ ਸਾਡਾ ਮਨ ਪ੍ਰਸੰਨ ਹੋ ਗਿਆ ਸੁਹਾਵਣੀ ਹੁੰਦੀ ਕਈ ਗੱਲਾਂ ਸੁਣ ਕੇ ਸਾਡਾ ਮਨ ਪ੍ਰਸੰਨ ਹੁੰਦਾ ਕਈ ਚੀਜ਼ਾਂ ਦੇਖ ਕੇ ਮਨ ਪ੍ਰਸੰਨ ਹੁੰਦਾ ਭਗਤਾਂ ਦਾ ਨਾਂ ਲਏ ਤਾਂ ਹੀ ਮਨ ਪ੍ਰਸੰਨ ਹੁੰਦਾ ਲੋਕਾਂ ਹੈ ਨਾ ਭਗਤਾਂ ਦੀ ਗੱਲ ਕਰੇ ਤਾਂ ਹੀ ਮਨ ਨੂੰ ਸ਼ਾਂਤੀ ਆਉਂਦੀ ਉਹ ਸੁਹਾਵਣੇ ਲੋਕਾਂ ਵਾਸਤੇ ਸੁਹਾਵਣੇ ਨੇ ਆਪਣੇ ਵਾਸਤੇ ਨਹੀਂ ਸੁਹਾਵਣੇ ਆਪਣੇ ਵਾਸਤੇ ਸੋਹਣਾ ਹੁੰਦਾ ਸੁਹਾਵਣਾ ਦੂਏ ਵਾਸਤੇ ਹੁੰਦਾ ਦੂ ਜਿਵੇਂ ਦਰਖਤ ਹੈ ਆਪਾਂ ਕਹਿੰਦੇ ਬੜੀ ਸੁਹਾਵਣੀ ਛਾਂ ਹੈ ਜੀ ਛਾਂ ਤਾਂ ਦੂਏ ਨੂੰ ਨਾ ਹੈ ਸੁਹਾਵਣੀ ਦੂਸਰੇ ਵਾਸਤੇ ਸੁਹਾਵਣਾ ਦੂਸਰੇ ਨੂੰ ਜਿੱਥੇ ਸ਼ਾਂਤੀ ਮਿਲੇ ਸੁੱਖ ਮਿਲੇ ਉਹ ਸੁਹਾਵਣਾ ਕਹਿੰਦੇ ਨੇ ਹੁਣ ਗੁਰਬਾਣੀ ਤੋਂ ਸਾਰਿਆਂ ਨੂੰ ਸ਼ਾਂਤੀ ਮਿਲਦੀ ਹੈ ਤੋ ਇਸ ਕਰਕੇ ਉਹ ਸੁਹਾਵਣੇ ਮੰਨੇ ਗਏ ਨੇ ਜਿਹਨਾਂ ਨੇ ਗੁਰਬਾਣੀ ਲਿਖੀ ਹੈ ਸੁਹਾਵਣੇ ਨੇ ਚੰਗੇ ਲੱਗਦੇ ਨੇ ਜਿਹਨਾਂ ਨੂੰ ਗੁਰਬਾਣੀ ਚੰਗੀ ਲੱਗਦੀ ਹੈ ਉਹਨਾਂ ਨੂੰ ਗੁਰਬਾਣੀ ਦੇ ਰਚਣਕਾਰ ਵੀ ਚੰਗੇ ਲੱਗਦੇ ਨੇ ਸੁਹਾਵਣੇ ਲੱਗਦੇ ਰਾਮ ਨਾਮ ਗ੍ਰਹਿ ਮਾਲ ਜਿਨ੍ਹਾਂ ਦੇ ਰਾਮ ਨਾਮ ਦਾ ਗ੍ਰਹਿ ਮਾਲ ਹੁੰਦਾ ਉਸ ਦੀ ਵੀ ਹਮੇਸ਼ਾ ਲਈ